ਅੱਗੇ ਤੋਂ ਨੀ ਵੇਚਦਾ ਚਿੱਟਾ ਜਨਾਬ। ਉਹ ਅੱਛਾ ਜੀ, ਕਮਾਲ ਹੈ, ਕਹਿੰਦਾ ਅੱਗੇ ਤੋਂ ਨੀ ਚਿੱਟਾ ਵੇਚਦਾ, ਪਹਿਲਾਂ ਵੀ ਕਿਉਂ ਵੇਚਿਆ ਸੀ? ਉਹ ਅਸੀਂ ਤਾਂ ਮੁਲਕ ਦੇ ਵਿੱਚ ਚਿੱਟੇ ਨੀ ਰਹਿਣ ਦਿੱਤੇ, ਤੂੰ ਸਾਰਿਆ ਘਰੇ ਚਿੱਟਾ ਰੱਖੀ ਬੈਠਾ। ਹਾਂਜੀ ਜਨਾਬ, ਜੈ ਹਿੰਦ ਜੈ ਹਿੰਦ। ਅੱਜ ਬੜੀ ਖੁਸ਼ੀ ਦੀ ਖਬਰ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਅਸੀਂ ਪੂਰਾ ਅੱਧਾ ਕਿਲੋ ਚਿੱਟਾ ਫੜਿਆ, ਬਾਕੀ ਮਾਲ ਚੈੱਕ ਕੀਤਾ ਸੀ, ਅਸਲੀ ਹੈ ਕਿ ਨਕਲੀ ਹੈ? ਉਹਦੇ ਕਿ 400-500 ਗ੍ਰਾਮ ਘੱਟ ਗਿਆ ਹੋਵੇ ਤਾਂ ਕੁਛ ਕਹਿ ਨਹੀਂ ਸਕਦੇ, ਪਰ ਤੁਸੀਂ ਟੈਨਸ਼ਨ ਨਹੀਂ ਲੈਣੀ ਸਰ, ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਕਿ ਆਪਣੇ ਥਾਣੇ 'ਚੋਂ ਇਸ ਮਹੀਨੇ ਪੂਰਾ 50 ਕਿਲੋ ਚਿੱਟਾ ਫੜ ਕੇ ਦਿਖਾਵਾਂਗੇ। 50 ਕਿਲੋ? 50-50 ਕਿਲੋ ਨਹੀਂ ਜਨਾਬ, ਪੂਰੇ ਦਾ ਪੂਰਾ 62 ਕਿਲੋ ਚਿੱਟਾ ਫੜਿਆ, 62 ਕਿਲੋ। ਲਓ ਸਰ, ਇੱਕ ਵਧਾਈਆਂ ਹੋਰ ਹੋ ਗਈਆਂ, ਆਪਾਂ ਟਾਰਗੇਟ ਤੋਂ 12 ਕਿਲੋ ਅੱਗੇ ਜਾ ਰਹੇ ਹਾਂ। ਤੇ 12 ਕਿਲੋ ਦਾ ਕੀ ਕਰਨਾ ਸਰ? ਸੋਰੀ ਸਰ, ਕੀ ਕਹਿੰਦੇ ਜਨਾਬ? ਉਹ ਤਾਂ ਕਹਿ ਰਹੇ ਸੀਗੇ ਵੀ ਜਿਹੜਾ 12 ਕਿਲੋ ਤੁਸੀਂ ਫੜ, ਤੂੰ ਸਾਲੇ ਐਸਆਈ ਲੱਗਿਆ ਮੈਨੂੰ ਪੁੱਛਣ ਨੂੰ, ਐਸਆਈ ਤੋਂ ਯਾਦ ਆਇਆ, ਮਾਲ ਪੇਸ਼ ਕਰੋ। ਲਓ ਜਨਾਬ, ਪੇਸ਼ ਹੈ ਪੂਰੇ ਦਾ ਪੂਰਾ 62 ਕਿਲੋ ਚਿੱਟਾ। ਲਓ ਖੱਟੇ ਮੂੰਹ ਤੁਹਾਡੇ ਸਾਲਿਓ, ਮੈਂ ਤੁਹਾਨੂੰ ਚਿੱਟਾ ਫੜਨ ਨੂੰ ਕਿਹਾ ਸੀ, ਤੁਸੀਂ ਗੋਰਾ ਫੜ ਲਿਆਂਦਾ। ਤੁਹਾਡੀਆਂ ਇਹਨਾਂ ਹਰਕਤਾਂ ਕਰਕੇ ਮੇਰਾ ਅਸਲੀ ਥਾਣਾ ਜੁਗਨੂੰ ਹਾਜ਼ਰ ਹੈ ਦਾ ਸੈੱਟ ਲੱਗਣ ਲੱਗਾ। ਜਨਾਬ ਹੁਣ ਕੀ ਕਰੀਏ, ਹੁਣ ਤਾਂ ਸਾਹਿਬ ਨੂੰ ਵੀ ਦੱਸ ਬੈਠੇ ਹਾਂ। ਉਹ ਅੱਛਾ ਜੀ, ਉਹਦਾ ਵੀ ਇਲਾਜ ਆ ਸਾਡੇ ਕੋਲ। ਪਹਿਲਾਂ ਚਿੱਟੇ ਨੂੰ ਚਿੱਟਾ ਚਟਾਓ, ਫਿਰ FIR ਦੇ ਵਿੱਚ ਇੱਕ ਲਾਈਨ ਦਰਜ ਕਰੋ ਕਿ ਚਿੱਟਾ ਚਿੱਟਾ ਲਾਉਂਦਾ ਫੜਿਆ ਗਿਆ। ਜੀ ਜਨਾਬ, ਪਹਿਲਾਂ ਇਹਨੂੰ ਸੈੱਟ ਅੰਦਰ। ਚੱਲ ਸਾਲਿਆ ਚੱਲ, ਤੈਨੂੰ ਤਾਂ ਸਿੱਟਾ ਅੰਦਰ ਆ। ਓਏ ਤੂੰ ਕਿਧਰ ਨੂੰ ਮੂੰਹ ਚੱਕਿਆ, ਕੀ ਗੱਲ ਥਾਣੇ ਕਿ ਤੇਰੀ ਖੁਦੋ ਆ ਗਈ? ਓ ਕੰਮ ਸੀ। ਕੰਮ ਤਾਂ ਕਦੇ ਅੱਜ ਤੱਕ ਸਾਨੂੰ ਨਹੀਂ ਥਾਣੇ 'ਚ ਪਿਆ, ਤੈਨੂੰ ਜੰਮਦੇ ਨੂੰ ਕੀ ਪੈ ਗਿਆ? ਓ FIR ਲਿਖਾਉਣੀ ਸੀ। FIR? ਹਾਂਜੀ। ਤੂੰ ਕਿਤਾ ਕਤਲ ਹੁੰਦਾ ਦੇਖ ਲਿਆ? FIR ਦਾ ਮਤਲਬ ਵੀ ਪਤਾ ਕੀ ਹੁੰਦਾ? ਹਾਂ ਪਤਾ ਹੈ। ਕੀ ਹੁੰਦਾ? ਫੜੋ ਇਮੀਡੀਏਟਲੀ ਰਗੜੋ। ਓ ਅੱਛਾ ਜੀ, ਆਪਾਂ ਤਾਂ ਹੁਣ ਤੱਕ FIR ਦਾ ਮਤਲਬ ਫਸਟ ਇਨਫੋਰਮੇਸ਼ਨ ਰਿਪੋਰਟ ਹੀ ਸਮਝਦੇ ਰਹੇ, ਤੂੰ ਕਿਹਦੇ ਖਿਲਾਫ FIR ਲਿਖਾਉਣੀ ਹੈ? ਮੇਰਾ ਡੈਡੀ ਮੈਨੂੰ ਕੁੱਟਦਾ, ਉਹਦੀ FIR ਲਿਖਾਉਣੀ ਹੈ। ਅੱਛਾ, ਤੇਰਾ ਡੈਡੀ ਤੈਨੂੰ ਕੁੱਟਦਾ? ਹਾਂ। ਕੀ ਗੱਲ, ਡੈਡੀ ਕੱਲਾ ਭੂੰਡ ਪਟਾਕੇ ਲਿਆਉਣ ਨੂੰ ਰੱਖਿਆ ਹੋਇਆ? ਇੱਕ ਗੱਲ ਨਾ ਭੁੱਲੋ, ਜਿਹੜਾ ਜੰਮੂਗਾ ਉਹ ਚੰਮੂਗਾ। ਚੱਲ ਪੰਜ ਸੌ। ਬਦਤਮੀਜ਼ ਬੱਚਾ, FIR ਲਿਖਾਉਣੀ ਹੈ? FIR ਤਾਂ ਅਸੀਂ ਕਤਲ ਕੇਸ ਦੀ ਨਹੀਂ ਲਿਖਦੇ ਜਦ ਤੱਕ ਮੁਰਦਾ ਆ ਕੇ ਸਾਨੂੰ ਆਪ ਨਹੀਂ ਕਹਿੰਦਾ ਭਾਜੀ ਮੈਨੂੰ ਇਹਨੇ ਮਾਰਿਆ। ਬੇਟਾ ਜੀ, ਜੇ ਤਾਂ ਕੁੜੀ ਲੈ ਕੇ ਆਇਓ ਤਾਂ ਬਾਜੇ ਬਜਾ ਕੇ ਲੈ ਕੇ ਜਾਵਾਂਗਾ, ਜੇ 35 ਲੱਖ ਲੈ ਕੇ ਆਇਓ ਤਾਂ ਇਸ ਬੋਰੀ ਚ ਪਾ ਦੋ। ਉਹ ਮੇਰਾ ਸਮਾਨ ਦੇ ਜਾਓ, ਆਪਣੀ ਲੈਂਬਰਗਿਰੀ ਲੈ ਜਾਓ। ਚੰਗਾ, ਇਹ ਬੰਦਾ ਹੈ ਕੌਣ? ਪੁਲਿਸ। ਫਿਰ ਸਾਡੀ ਗੱਡੀ ਕਿਉਂ ਚੋਰੀ ਕਰਕੇ ਲੈ ਜਾ ਰਿਹਾ ਹੈ? ਇਹ ਚੋਰ ਸੀ, ਇਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਮਿਸਟੇਕ ਹੋ ਗਈ ਹੈ ਸਾਡੇ ਤੋਂ। ਅੱਛਾ ਐਂ ਦੱਸੋ, ਤੁਸੀਂ ਕੀ ਲੈ ਕੇ ਆਏ ਹੋ? ਨਥਿੰਗ ਐਕਚੁਅਲੀ ਡੈਡੀ, ਆਪਣੇ ਤੋਂ ਨਾ ਮਿਸਟੇਕ ਹੋ ਗਈ ਹੈ, ਆਪਾਂ ਰਜਿਸਟਰੀ ਕਾ ਹੀ ਨਹੀਂ ਕਰਵਾਈ, ਇਹਨੇ ਉਹ 'ਤੇ ਕਬਜ਼ਾ ਕਰ ਲਿਆ। ਬੇਟਾ ਜੀ, ਫਿਰ ਮੈਂ ਇੰਨਾ ਕੁਛ ਐਵੇਂ ਚੱਕੀ ਫਿਰਦਾ? ਤੁਹਾਡੇ ਵੈਲਕਮ ਲਈ ਤਾਂ ਮੇਰੇ 165 ਦੇ ਬੂਟ ਹੀ ਕਾਫੀ ਸਨ, ਤੁਸੀਂ ਜੱਟ ਦੀ ਨੱਕ ਹਰ ਥਾਂ ਤੇ ਵਡਾ ਛੱਡਦੇ, ਸ਼ਰਮ ਨਹੀਂ ਚਾਹੀਦੀ ਹੈ ਤੁਹਾਨੂੰ? ਡੈਡੀ
ਇਹਦੇ ਵਿੱਚ ਸ਼ਰਮ ਵਾਲੀ ਤੇ ਨੱਕ ਵਡਾਣ ਵਾਲੀ ਕਿਹੜੀ ਗੱਲ ਏ? ਮੈਂ ਕੋਈ ਸ਼ਰਾਬ ਪੀ ਕੇ ਨਾਲੀਆਂ ਦੇ ਵਿੱਚ ਲਿਟਦਾ ਪਿਆ, ਤਾਲੀਆਂ ਕੱਢਦਾ, ਲੜਕੀਆਂ ਨੂੰ ਛੇੜਦਾ ਪਿਆ, ਕੋਈ ਚੋਰੀ ਕਰਦਾ, ਕੋਈ ਡਾਕਾ ਮਾਰਦਾ, ਜਾਂ ਇੰਟਰਨੈਟ ਉੱਤੇ ਬੈਠ ਕੇ ਮੈਂ ਕੋਈ ਜ਼ਹਿਰ ਘੋਲਦਾ? ਡੈਡੀ ਭੋਲੇ ਪਨ ਦੇ ਨਾਲ ਜੇ ਲੋਕਾਂ ਨੂੰ ਹਾਸੇ ਪਾ ਦਿੰਦਾ ਫਿਰ ਵੀ ਪ੍ਰੋਬਲਮ ਹੈ, ਰੱਬ ਹੀ ਰੱਖ ਹੈ, ਫਿਰ ਤੇ ਮਰ ਜਾਏ ਸ਼ੈਂਪੀ। ਤੁਸੀਂ ਤਾਂ ਮੈਨੂੰ ਇਮੋਸ਼ਨਲ ਕਰ ਛੱਡਿਆ ਜੀ, ਮੈਂ ਪ੍ਰਾਊਡ ਕਰਦਾ ਤੁਹਾਡੇ ਤੇ। ਲਵ ਯੂ ਡੈਡੀ, ਲਵ ਯੂ ਡੈਡੀ, ਲਵ ਯੂ। ਇੱਥੇ ਆਇਆ ਸੀ ਨਾ ਇੰਟਰਵਿਊ ਦੇਣ, ਉਹ ਹੈਪੀ ਨੇ ਜਗ੍ਹਾ ਬਦਲੀ, ਰੇੜੀ ਕਿੱਥੇ ਉਹਦੀ? ਉਹ ਯਾਰ ਨੇੜੇ ਤੇੜੇ ਹੀ ਹੋਣੀਆਂ, ਆ ਜਾਓ, ਜਿਹੜੇ ਕੰਮ ਆਇਆ ਪਹਿਲਾਂ ਉਹ ਤਾਂ ਕਰ ਲਈਏ। ਹਾਂ ਲਾਸਟ ਸਟੈਂਡ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਤੁਹਾਡੇ ਮੇਨ ਬੰਦੇ ਨੂੰ ਮਿਲਣਾ। ਹੁਣ ਤਾਂ ਜੀ ਸਾਰੇ ਜਣੇ ਚਲੇ ਗਏ, ਤੁਸੀਂ ਮੈਨੂੰ ਕੰਮ ਦੱਸੋ ਕੀ ਹੈ। ਕਈ ਵਾਰੀ ਇਹੋ ਜਿਹਾ ਬੰਦਾ ਸੈਟਲਮੈਂਟ ਕਰਾਉਂਦਾ ਹੁੰਦਾ, ਤੁਸੀਂ ਕਰ ਲਓ ਗੱਲ। ਸਾਡਾ ਮੁੰਡਾ ਨੌਕਰੀ ਲਈ ਇੰਟਰਵਿਊ ਦੇਣ ਆਇਆ ਸੀ ਇੱਥੇ, ਕੁਛ ਲੈ ਦੇ ਕੇ ਸੈਟਲਮੈਂਟ ਹੋ ਸਕਦੀ ਹੈ? ਉਹ ਕੀ ਬੋਲੀ ਜਾਂਦੇ ਤੁਸੀਂ, ਇਹ ਤਾਂ ਏਅਰ ਟੌਕ ਗੈਲਰੀ ਹੈ, ਇੱਥੇ ਕੋਈ ਇੰਟਰਵਿਊ ਨਹੀਂ ਹੁੰਦੀ। ਯਾਰ ਮੈਨੂੰ ਆਪ ਇੰਟਰਵਿਊ ਵਾਲੀ ਲਾਈਨ 'ਚ ਖੜੇ ਨੂੰ ਦੇਖਿਆ, MBA ਕੀਤੀ ਆ ਉਹਨੇ, ਤੇ ਤੁਹਾਡੇ ਆਫਿਸ ਦੇ ਬਾਹਰ ਫਾਸਟ ਫੂਡ ਦੀ ਰੇੜੀ ਵੀ ਲਾਉਂਦਾ। ਅੱਛਾ, ਉਹ ਤੁਹਾਡਾ ਮੁੰਡਾ? ਹਾਂਜੀ ਆ ਗਈ ਸਿਆਣ। ਸਿਆਣ ਤਾਂ ਆ ਗਈ, ਉਹ ਤਾਂ ਸਾਡੀ ਇੱਕ ਮੈਡਮ ਤੇ ਲਾਈਨ ਮਾਰਦਾ, ਨਾਲੇ ਫਾਸਟ ਫੂਡ ਦੀ ਰੇੜੀ ਵੀ ਨਾ ਉਹਨੇ ਉਹਦੇ ਕਰਕੇ ਲਾਈ ਹੈ। ਕੀ ਹੋਰ ਕੀ, ਆ ਹੁਣ ਵੀ ਉਹਦੇ ਮਗਰ ਹੀ ਗਿਆ ਹੋਊਗਾ। ਗੱਲ ਸੁਣ, ਤੁਹਾਡੀ ਮੈਮ ਚੰਗੇ ਘਰੋਂ? ਚੰਗੇ ਮਾੜੇ ਦਾ ਤਾਂ ਮੈਨੂੰ ਪਤਾ ਨਹੀਂ, ਅਗਲੀ ਹਲਵਾਈਆਂ ਦੀ ਧੀ ਆ, ਹਿਸਾਬ ਲਾ ਲਓ ਅਗਲੇ ਖੁਰਚਣਿਆਂ ਨਾਲ ਹੀ ਫੈਂਟਣਗੇ। ਇਹਦੀ ਮੈਂ ਸਾਲੇ ਨੇ ਕੱਟਤਾ। ਕਿਆ ਹੋਈ ਯਾਰ, ਫਿਰ ਕੱਟਤਾ? ਇੱਕ ਮਿੰਟ ਮੈਨੂੰ ਫੜਾਓ ਇੱਧਰ। ਉਹ ਰੇੜੀ ਤੇ ਗਾਹਕ ਖੜੇ ਆ, ਮੈਂ ਬਾਤ ਕਰਦਾ, ਫੂਡ ਕੱਟੋ। ਗਾਹਕ ਖੜੇ ਆ ਰੇੜੀ ਤੇ। ਉਹ ਤੂੰ ਹੈ ਕਿੱਥੇ? ਓਏ ਉੱਥੇ ਹੀ ਲਾਈ ਆ ਜਿੱਥੇ ਪਹਿਲਾਂ ਵੀ, ਉੱਥੇ ਹੀ ਆ। ਉੱਥੇ ਤਾਂ ਅਸੀਂ ਖੜੇ ਆ, ਸਾਨੂੰ ਬੈਨ ਤਾਂ ਦੀਦੀ ਨਹੀਂ ਤੇਰੀ। ਹੈ ਨਹੀਂ ਨਹੀਂ ਨਹੀਂ, ਉੱਥੋਂ ਸੱਚ ਕਮੇਟੀ ਵਾਲੇ ਨੇ ਚਕਾਤੀ ਅਸੀਂ ਜਗ੍ਹਾ ਬਦਲ ਲਈ। ਜਿੱਥੇ ਤੂੰ ਹੈਗਾ ਸਾਨੂੰ ਦੱਸ, ਅਸੀਂ ਉੱਥੇ ਆ ਜਾਂਦੇ ਹਾਂ। ਬਾਈ ਯਾਰ ਰੇੜੀ ਤੇ ਗਾਹਕ ਖਲੋਤੇ, ਫਿਰ ਕਹਿੰਦੇ ਉਹ ਘਾਟਾ ਪੈਂਦਾ ਬਰਤਾਲਾਂ ਦਾ ਬਰਗਰ। ਹਾਂਜੀ ਕਿੰਨੇ ਬਰਗਰ? ਬਾਅਦ ਚ ਕਰਦਾ, ਬਾਅਦ ਚ ਕੱਟਤਾ। ਮੈਂ ਤਾਂ ਸਾਲਾ ਪਹਿਲੀ ਸ਼ੱਕ ਸੀਗਾ ਜਿਹਨੇ ਸਾਰੀ ਉਮਰ ਡੱਕਾ ਨਹੀਂ ਤੋੜਿਆ, ਇੱਕਦਮ ਇੰਨੀ ਮਿਹਨਤ ਕਿਵੇਂ ਕਰਨ ਲੱਗਿਆ? ਭੋਲਿਆ ਮੈਨੂੰ ਤਾਂ ਯਾਰਾ ਤੇਰੇ ਤੇ ਤਰਸ ਆਉਂਦਾ ਕਿ ਤੂੰ ਆਪਣੇ ਵੈਲਡਿੰਗ ਦੇ ਟਾਂਕਿਆਂ ਦੀ ਕਮਾਈ ਸਾਰੀ ਇਹਦੇ ਤੇ ਰੋੜਤੀ, ਤੇ ਸਾਲੇ ਨੇ ਉਹੀ ਕਮਾਈ ਟਾਂਕਾ ਪੜਾਉਣ ਤੇ ਲਾ ਦਿੱਤੀ। ਤੁਸੀਂ ਆਓ, ਮੈਨੂੰ ਵੀ ਵੈਲਡਿੰਗ ਦੀਆਂ ਚਿੰਗਿਆੜੀਆਂ ਦੀ ਸੌਂ, ਜੇ ਇਹਦੇ ਸਾਰੇ ਟਾਂਕੇ ਨਾ ਭੰਨਦਾ ਮੈਂ ਅੱਜ। ਓਏ ਉਹ ਤੈਨੂੰ ਹੈੱਡ ਸਾਫ਼ ਕਰਨ ਨੂੰ ਕਿਹਾ ਸੀ, ਕੀਤਾ ਕਿ ਤੇਰਾ ਹੈੱਡ ਸਾਫ਼ ਕਰਾਂ ਥੁੱਕ ਲਾ ਕੇ? ਤੁਹਾਨੂੰ ਇਹ ਤੋਂ ਬਿਨਾਂ ਆਉਂਦਾ ਵੀ ਕੀ ਹੈ? ਤਨਖਾਹ ਤਾਂ ਕੀ ਦੇਣੀ, ਜਿਹੜਾ 1200 ਰੁਪਇਆ ਮੇਰੇ ਤੋਂ ਉਧਾਰ ਲਿਆ ਉਹ ਵੀ ਨਹੀਂ ਦੇਣ ਦੇ। ਤਨਖਾਹ ਸਭ ਨੂੰ ਪਿਆਰੀ ਹੈ। ਉਹ ਪਿਆਰੀ ਦੇ ਲੱਗਦੇ ਆ, ਕਿੱਥੇ ਤੂੰ ਮੇਰੇ ਹੱਥੋਂ ਰੱਬ ਨੂੰ ਨਾ ਪਿਆਰਾ ਹੋ ਜਾਏਗੀ, ਨਾ ਸੱਚੀਆਂ ਭੰਨਦਾਗਾ ਮੈਂ ਤੇਰੀਆਂ। ਗੁੱਸਾ ਬੜਾ ਮਾੜਾ ਮੇਰਾ। ਉਹ ਸੱਤੀ ਜੀ ਕਿਉਂ ਗਰੀਬ ਤੇ ਚੜੀ ਜਾਂਦੇ ਹੋ? ਤੇਰੇ ਇਸ ਗਰੀਬ ਨੇ ਮੈਨੂੰ ਗਰੀਬ ਕਰ ਦੇਣਾ। ਉਹ ਨਹੀਂ ਹੁੰਦੇ ਤੁਸੀਂ ਗਰੀਬ, ਅੱਗੇ ਬੜੇ ਪੈਟਰੋਲ ਪੰਪ ਚੱਲਣ ਦੇ ਇਹਨਾਂ ਦੇ। ਮੇਰੀ ਕੈਸਟ ਭਰਤੀ? ਕਿਹੜੀ ਸੀ ਇਹਨਾਂ ਦੀ ਕੈਸਟ? ਤੁਹਾਡੀ ਕੈਸਟ ਲਾਭ ਹੀਰੇ ਵਾਲੀ? ਉਹ ਲਾਭ ਹੀਰੇ ਵਾਲੀ ਨਹੀਂ ਓਏ, ਮੈਂ ਹੀਰ ਰਾਂਝਾ ਫਿਲਮ ਦੇ ਗਾਣੇ ਭਰਨ ਨੂੰ ਕਿਹਾ ਸੀ, ਨਾਲੇ ਇੱਕ ਦੋ ਹਿੰਦੀ ਵੀ। ਹਾਂ ਹਾਂ। ਅੱਛਾ, ਉਹ ਬੜੇ ਰੋਮਾਂਟਿਕ ਗੀਤ ਸੀ ਉਹਦੇ ਚ। ਧੀਰੇ ਧੀਰੇ ਮੇਰੀ ਜ਼ਿੰਦਗੀ ਮੈਂ ਜ਼ਰੂਰ ਕੋਈ ਕੁੜੀ ਦਾ ਚੱਕਰ ਹੈ ਨਾ ਤੁਹਾਡੀ ਕੁੜੀ ਦੇ ਨਾਲ। ਉਹਦੀ ਵੀ ਸਾਈਡ ਵੀ ਸੁਣਾਉਂਦਾ ਤੁਹਾਨੂੰ ਮੈਂ। ਉਹ ਨਹੀਂ ਨਹੀਂ, ਬਸ ਕੋਈ ਲੋੜ ਨਹੀਂ ਜੀ। ਆ ਲਓ ਹੋਰ ਗਾਣੇ ਦੀ ਲਿਸਟ, ਇੱਕ ਟੇਪ ਹੋਰ ਭਰ ਦਿਓ। ਖੜ ਜਾ ਯਾਰ, ਇੱਕ ਦੋ ਗਾਣੇ ਮੇਰੇ ਵੀ ਨੇ, ਇਹ ਗਾਣਾ ਵੀ ਭਰ ਦਿਓ।
ਕੋਇਲ ਸੀ ਤੇਰੀ ਬੋਲੀ ਚੌਪਾਲ ਦ ਬਿਗੇਸਟ ਪੰਜਾਬੀ ਓ ਟੀ ਟੀ ਐਪ ਸਬਸਕ੍ਰਾਈਬ ਨਾਓ।